आज जरा ना एक फंसे गए आर्मी का ये तो अं पुल बदा ही आर जी जो फतलू का दरिया दे दाखिल होकर टुट गया। टुटन कारण अं बेड़िया के प्रबंध आ जो अं साल 40-45 घर बेड़ी तो आस पास होंगे हाँ जिनी जायदाद जमीन भी इधर आ मुश्किल बहुत वही है। उत्थे बन तो ही फोटो लंबा के उतो पछाण के पछाण चले जाते हैं उन्होंने सारे वेखो पिछले होंगे फोटो लंबा लीए तो मंत्रियों का फोटो लंबा के चैनल चला दिए अभी बड़ी मदद कर दे बाकी इतने तक जितने आप खड़े हाँ इतने तक ना कोई मंत्री पहुंचा ना कोई अफसर ही पहुंचा वा जिसे घर जाओ वे दस भी किले झोना नपया रहता तो जो इतने ज्यो अं ना बन ना बनते आ मारते तेल भी किसी सरकार ने सू दिता नहीं आपके घोलों अं ला के खा पा के सारा बन असी मांग करते हैं भी साड़ी जायदाद बनाई जाए एक साढ़े कर्जे जी माफ किए जाए को मतलब वो साथों नहीं तारे जाने गए ये साड़ियाँ सहूलत जीडिया मंजूर की जा घट्टो घट पंजा सत्ता पिंडा तो गांव जिन्ना गहला एरिया हो गया रत्तों के एरिया हो गया सारा इतों ही बनी हो गया सारिया जमीन बंजरी हो चुकी बंजर हो गई दस किले पैली लाख रुपया कट गया दो भाई दो रुपये नदी का पैर रेता नदी पै गई टी भी बन गया हरीके हेड च पानी छड़े जान तो बाद सतलुज दरिया की मार हेठ आए सरहदी पिंड मुठे आवला की सैकड़े एकड़ किसानों की जमीन पूरी तरह हुई बर्बाद 10-10 फुट डूंगे पए पहाड़ उपजाऊ जमीन च 4-5 फुट भरी रेत। बीते कुछ दिन पहला हरीके हेड वालों सतलुज दरिया में छड़े गए पानी कारण जिथे किसानों दियां हजारां एकड़ झोने दियां फसलां पशुओं का चारा ते मक्की दी फसल अते बीजियां हुई सब्जियां बुरी तरह नाल बर्बाद हो गई सी। उत्थे ही इस सतलुज दरिया दे पानी दी मार सरहदी पिंड मुठे आवला नूं ऐसी पई कि इस पानी दी मार हेठ आईयां जमीनां च 10-10 फुट डूंगे टोए पै गए अते कई बजाऊ जमीनां च 3-4 फुट रेता भर गए अते इस जमीन विच ना तां कोई फसल लग सकदी है अते ना ही जमीन दे ਵਿੱਚ ਪਏ ਡੂੰਘੇ ਟੋਇਆਂ ਨੂੰ ਭਰਨ ਲਈ ਕਿਸਾਨਾਂ ਕੋਲ ਪੈਸਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਰਹੱਦੀ ਪਿੰਡ ਮੁੱਠੇ ਆਵਲਾ ਦੇ ਸਾਬਕਾ ਸਰਪੰਚ ਮੋਹਨ ਸਿੰਘ ਅਤੇ ਹੋਰ ਕਿਸਾਨਾਂ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ। ਕਿਆ ਬਾਈ ਤੁਹਾਡਾ ਜੀ? ਮੈਂ ਜੀ ਸਾਬਕਾ ਸਰਪੰਚ ਮੋਹਨ ਸਿੰਘ ਪਿੰਡ ਮੁੱਠਿਆਂ ਵਾਲਾ। ਤੇ ਕੀ ਮਸਲਾ ਤੁਸੀਂ ਆ ਬੇੜੀ ਤੋਂ ਚੱਲ ਕੇ ਇੱਧਰ ਦੂਜੇ ਪਾਰ ਆਉਂਦਾ ਜੀ ਕੀ ਕਾਰਨ ਕੀ ਹੈ ਜੀ? ਇਹ ਸਾਲ ਜਿਹੜਾ ਨਾ ਇੱਟ ਫੰਸੇ ਗਏ ਆਦਮੀ ਦਾ ਇਹਦੇ ਤੋਂ ਅਸੀਂ ਪੁੱਲ ਬਦਾ ਹੀ ਆਰ ਜੀ ਜਿਹੜਾ ਫਤਲੂ ਦਾ ਦਰਿਆ ਦੇ ਵਿੱਚ ਦਾਖਲ ਹੋ ਕੇ ਟੁੱਟ ਗਿਆ ਟੁੱਟਣ ਕਾਰਨ ਅਸੀਂ ਹੁਣ ਬੇੜੀਆਂ ਦੇ ਪ੍ਰਬੰਧ ਆ ਜੋ ਅਸੀਂ ਸਾਰਾ 40-45 ਘਰ ਦੇ ਬੇੜੀ ਤੋਂ ਆਸ ਪਾਸ ਹੁੰਦੇ ਹਾਂ ਜਿੰਨੀ ਜਾਇਦਾਦ ਜ਼ਮੀਨ ਵੀ ਇੱਧਰ ਆ ਇਹ ਮੁਸ਼ਕਲ ਬਹੁਤ ਵੱਡੀ ਆ। ਇਹ ਬੇੜੀਆਂ ਸਰਕਾਰ ਨੇ ਲੈ ਕੇ ਦਿੱਤੀਆਂ? ਨਹੀਂ ਜੀ ਇਹ ਜਿਹੜੀ ਬੇੜੀ ਆ ਇਹ BFL ਦੀਆਂ ਕੋਈ ਸਰਕਾਰ ਦੀ ਬੇੜੀ ਨਹੀਂ ਨਾ ਕੋਈ ਸਰਕਾਰ ਨੇ ਦਿੱਤਾ ਅਤੇ ਨਾ ਕੋਈ ਜਾਂਦਾ ਫੋਟੋ ਲਵਾ ਕੇ ਚਲੇ ਜਾਂਦੇ ਆ ਉਹਨਾਂ ਦਾ ਫਾਇਦਾ ਕੁਛ ਹੁੰਦਾ? ਇਹ ਪਹਿਲਾਂ ਰਾਹ ਹੈਗਾ ਸੀਗਾ ਰਸਤਾ ਜੀ ਪੱਕਾ ਬੱਧਾ ਸੀ ਆਪ ਨੁਕਸਾਨ ਕੀਤਾ ਅਗਲੇ ਬੰਦੇ ਫੜੀ ਜ਼ਮੀਨਾਂ ਦੀ ਵੀ ਦਿੱਤਾ ਪਾਤੀ ਆ ਕਿੰਨਾ ਕੁ ਜ਼ਮੀਨਾਂ ਦਾ ਨੁਕਸਾਨ ਜ਼ਮੀਨਾਂ ਦਾ ਵੇਖੋ ਜੀ ਜਦੋਂ ਪਾਣੀ ਲੱਥੂਗਾ ਸਾਨੂੰ ਤਾਂ ਇਹ ਜਾਪਦਾ ਵੀ ਕੋਈ ਜੇ 1500 ਏਕੜ ਦਾ ਕੋਈ 500 ਰਹਿ ਜੇ 400 ਦੇ ਬਾਕੀ ਸਾਰੀ ਉੱਡ ਜਾਂਦੀਆਂ ਹੋਰ ਵੀ ਕਈ ਥਾਵਾਂ ਤੇ ਵੇਖਿਆ ਰੇਤਾ ਪਈ ਫਸਲਾਂ ਦੇ ਵਿੱਚ ਤੇ ਫਸਲਾਂ ਕਈਆਂ ਥਾਵਾਂ ਤੋਂ ਰੇਤਾ ਕਾਰਨ ਕਈ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਕੋਈ ਫਸਲਾਂ ਤਾਂ ਹੋ ਗਈਆਂ ਸਾਡੇ ਘਰ ਬਾਅਦ ਵੀ ਨੁਕਸਾਨੇ ਗਏ ਆ ਅਗਲੀ ਆਪ ਹੀ ਨਹੀਂ ਸਾਨੂੰ ਵੀ ਜ਼ਮੀਨ 'ਤੇ ਅਸੀਂ ਕਣਕ ਬੀਜ ਲਾਂਗੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਨੇ ਆਇਆ ਤੁਹਾਡੇ ਕੋਲ ਅਜੇ ਤੱਕ? ਉਹਨੂੰ ਜੀ ਆਈ ਸਾਰੇ ਜਾਂਦੇ ਫੋਟੋ ਲਵਾ ਕੇ ਜਾਂਦੇ ਕੋਈ ਇੱਥੇ ਸਹੂਲਤ ਨਹੀਂ ਜਿਹੜੀ ਸਾਨੂੰ ਮੇਨ ਸਹੂਲਤਾਂ ਚਾਹੀਦੀਆਂ ਉਹ ਨਾ ਮਿਲਣੀਆਂ ਨਾ ਮਿਲ ਸਕਦੀਆਂ ਨਾ ਸਰਕਾਰਾਂ ਨੇ ਸਾਡੀ ਕੋਈ ਬਾਂਹ ਫੜਨੀ। ਕੀ ਮੰਗ ਕੀ ਸਹੂਲਤਾਂ ਜੀ ਤੁਹਾਡੀ? ਸਾਡੀ ਮੰਗ ਇਹ ਆ ਵੀ ਸਾਡੀ ਆਵਾਜ਼ ਉਠਾਈ ਜਾਵੇ ਜਿਨ੍ਹਾਂ ਦੀ ਜ਼ਮੀਨ ਖਰਾਬ ਹੋਈ ਉਹਨਾਂ ਜ਼ਮੀਨ ਦਾ ਵੀ ਸਰਕਾਰ ਬਣਵਾ ਕੇ ਮਿੱਟੀ ਕਟਾਇਲਾ ਵਿੱਚੋਂ ਰੇਤਾ ਕਢਵਾਵੇ ਜਿਹੜਾ ਕੋਈ ਕਰਜ਼ਾ ਉਹਨਾਂ ਦਾ ਉਹ ਵੀ ਮਾਫੀ ਕੀਤੀ ਜਾਵੇ ਜਿਹੜਾ ਕੋਈ ਬੱਚਿਆਂ ਦੀ ਪੜ੍ਹਾਈ ਆ ਲਿਖਾਈ ਫਾਂਜੀ ਉਹ ਵੀ ਆਉਂਦੇ ਇੰਨੇ ਪੈਸੇ ਦੇ ਕੇ ਜਾਂਦੇ ਬੱਚੇ ਵੀ ਘਰੇ ਬਹਿ ਗਏ ਆ ਅਤੇ ਜਿਹੜੀ ਵੱਡੀਆਂ ਮੁਸ਼ਕਲਾਂ ਸਾਨੂੰ ਰਸਤੇ ਦੀਆਂ ਉਹ ਵੀ ਬਹੁਤ ਜ਼ਿਆਦੀਆਂ ਮੁਸ਼ਕਲਾਂ ਜੀ ਬਾਰਡਰ 'ਤੇ ਬੈਠੇ ਆ ਇਹਦੋਂ ਅੱਗੇ ਨਾ ਕੋਈ ਪਿੰਡ ਨਾ ਕੋਈ ਪੀੜ ਇਹਦੇ ਬਾਰਡਰ ਲੱਗ ਗਿਆ ਨਾਲ ਵਿਧਾਇਕ ਤਾਂ ਕਹਿੰਦੇ ਕਿ ਅਸੀਂ ਸਾਰਿਆਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਲੋਕਾਂ ਦੇ ਜਾਣਦੇ ਆ ਉਹਨਾਂ ਨੂੰ ਸਹੂਲਤਾਂ ਦੇ ਦਿੰਦੇ ਹਾਂ
ਵੇਖੋ ਜੀ ਜਾਣ ਨੂੰ ਤਾਂ ਨਾ ਕਿ ਫੋਟੋ ਲਵਾ ਕੇ ਘਰ ਚਲੇ ਜਾਓ ਤੇ ਉਹਦੇ ਨਾਲ ਸਹੂਲਤ ਥੋੜ੍ਹੀ ਮਿਲ ਜਾਣੀ ਸਾਨੂੰ। ਦੱਸੋ ਕੀ ਸਹੂਲਤ ਦਿੱਤੀ ਕਿਸੇ ਨੂੰ, ਕੋਠਾ ਪਾਇਆ ਕਿਸੇ ਦਾ ਜਾਂ ਕਿਸੇ ਦੀ ਕੋਈ ਪੈ ਉਹ ਰੇਤਾ ਪਈ ਕਿਸੇ ਨੂੰ, ਕੋਈ 10,000 ਰੁਪਇਆ ਦੇ ਗਿਆ ਕੋਈ, ਲੈ ਵੀ ਬੱਚਿਆਂ ਨੂੰ ਖਾ ਲਈ, ਕੋਈ ਦਵਾਈ ਸਾਨੂੰ ਆਉਂਦੇ ਆ ਵੀ ਜਿਹੜੇ ਆਉਂਦੇ ਆ ਫਰਦਾਰ ਜੀ ਲੋਕਾਂ ਦੀ ਫੇਵਾ ਦੇ ਆ, ਫੇਵਾ ਦੇ ਸਾਨੂੰ ਦਿੰਦੇ ਆ, ਕੋਈ ਸਾਨੂੰ ਨਹੀਂ ਇਹਦਾ ਦਾ ਵੀ ਫਲਾਨਾ ਘੱਲਦਾ ਚਿਮੜਾ ਘੱਲਦਾ, ਫੀਡ ਵੀ ਫੇਵਾ ਦੇ ਘੱਲਦੇ ਆ, ਖਾਣਾ ਪੀਣਾ ਵੀ ਲੋਕਾਂ ਦਾ ਇਹ ਫੇਵਾ ਦੇ ਕਰਦੇ ਆ। ਸਰਕਾਰ ਕੋਲ ਫੋਟੋ ਤੋਂ ਬਿਨਾਂ ਕੋਈ ਲਾਵਾ ਤੋਂ ਗੱਲ ਨਹੀਂ ਜੀ। ਅਸੀਂ ਤਾਂ ਇਹ ਕਰਦੇ ਮੰਗ ਵੀ ਸਾਡੀ ਆਵਾਜ਼ ਉਠਾਈ ਜਾਵੇ, ਆ ਡਿਫੈਂਸ ਵਾਲੇ ਆਪਦੀ ਡਿਫੈਂਸ ਬੰਨਣ, ਜਿਹੜਾ ਸਾਡਾ ਇਹਦਾ ਨੁਕਸਾਨ ਲੋਕਾਂ ਦਾ ਸਰਕਾਰ ਬਾਂਹ ਫੜੇ। ਭਾਅ ਜੀ ਆਪਣਾ ਜੀ? ਸਾਡਾ ਨਾਮ ਜੀ ਕਾਰ ਸਿੰਘ। ਕੀ ਗੱਲ ਹੋਈ ਆ ਵੀ ਜਿਹੜਾ ਏਡਾ ਪਾਣੀ ਪਾੜ ਪਿਆ ਪਾਣੀ ਦਾ ਜੀ? ਇਹ ਸਰ ਜੀ ਦਰਿਆ ਸਤਲੁਜ ਤੋਂ ਪਾਣੀ ਆਇਆ, ਉਹਨੇ ਆਣ ਕੇ ਸਾਰਾ ਜੋ ਵੀ ਹੈਗਾ ਪਾੜ ਪਾਏ ਆ। ਨਛੱਤਰ ਸਿੰਘ ਕਿਸਾਨ ਦੀ ਜ਼ਮੀਨ ਜਿਹੜੀ 4 ਕਿੱਲੇ ਆ ਸਾਰੀ ਖਰਾਬ ਕੀਤੀ ਆ। ਬਾਕੀ ਅਸੀਂ ਮੁੱਠਿਆਂ ਵਾਲੇ ਦੇ ਸਾਰੇ ਕਿਸਾਨ ਇਹੋ ਮੰਗ ਕਰਦੇ ਹਾਂ ਵੀ ਭਗਵੰਤ ਮਾਨ ਸੁੱਤੇ ਨੂੰ ਜਗਾਇਆ ਜਾਵੇ, ਜੋ ਕਿ ਉਹਦੇ ਤਾਂ ਆਵਾਜ਼ ਘੱਲੀ ਜਾਵੇ ਵੀ ਜੋ ਵੀ ਸਾਡੇ ਮਾਜਵੇ ਦਾ ਐਲਾਨ ਕੀਤਾ ਜਾਵੇ, ਜਿਹੜਾ ਖਰਾਬੇ ਦਾ ਮਾਜਵਾ ਵਾ ਉਹ ਸਾਨੂੰ ਚਿੱਕਾ ਰਾਹੀਂ ਦਿੱਤਾ ਜਾਵੇ, ਜੋ ਕਿ ਉਤਲੇ ਜਿੰਨੇ ਵੀ ਅਫਸਰ ਆ ਉਹ ਸਾਰੇ ਹੇਰਾਫੇਰੀ ਕਰਕੇ ਆਪਦੇ ਖਾਤਿਆਂ 'ਚ ਆਪਣੇ ਨੀਕ ਬੰਦੇ ਖਾਤਿਆਂ 'ਚ ਪਵਾ ਕੇ ਚਲੇ ਜਾਂਦੇ ਆ, ਸਾਡੇ ਤੀਕਰ ਕਿਸੇ ਦਾ ਖਰਾਬਾ ਨਹੀਂ ਪਹੁੰਚਦਾ। ਬਾਕੀ ਇਹ ਗੱਲ ਅਸੀਂ ਬਾਰਡਰ 'ਤੇ ਬੈਠੇ ਹਾਂ, ਪਹਿਲਾਂ ਇੱਕ ਤਾਂ ਬਾਰਡਰ ਦੀ ਮਾਰ ਆ, ਇੱਕ ਸਤਲੁਜ ਦਰਿਆ ਦੀ ਮਾਰ ਆ। ਲਾਲ ਜੀ ਭੁੱਲਰ ਨੂੰ ਵੀ ਜਗਾਇਆ ਜਾਵੇ, ਕੈਬਨਿਟ ਮੰਤਰੀ ਆ ਉਹਨੂੰ ਵੀ, ਸਾਡੇ ਮੁੱਠਿਆਲੇ ਦਾ ਜਿੰਨਾ ਵੀ 1800 ਏਕੜ ਜ਼ਮੀਨ ਖਰਾਬ ਹੋਈ ਆ ਉਹਦਾ ਖਰਾਬਾ ਭਗਵੰਤ ਮਾਨ ਤੋਂ ਲਿਆ ਕੇ ਇਹਨਾਂ ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਇਹਨੂੰ ਸੁੱਤੇ ਨੂੰ ਜਗਾ ਦਿੱਤਾ ਜਾਵੇ। ਭਾਈ ਸਾਡੀ ਜ਼ਮੀਨ ਖਰਾਬ ਹੋਈ ਆ, ਇਹਨਾਂ ਨੂੰ ਕਿਸਾਨਾਂ ਨੂੰ ਮਾਜਵਾ ਦਵਾ ਅਤੇ ਭਗਵੰਤ ਮਾਨ ਸੁੱਤੇ ਨੂੰ ਜਗਾਓ ਵੀ ਇਹਨੂੰ ਆਣ ਕੇ ਸਾਡਾ ਜੋ ਵੀ ਕਿਸਾਨਾਂ ਦੀ ਜ਼ਮੀਨਾਂ ਦੇ ਖਰਾਬੇ ਹੋਏ ਆ ਉਹਦਾ ਐਲਾਨ ਕਰੇ। ਅਜੇ ਤੀਕ ਇਹਨੇ ਕੋਈ ਐਲਾਨ ਨਹੀਂ ਖਬਰਾਂ ਵਿੱਚ ਵੀ ਕੀਤਾ, ਕਿਤੇ ਵੀ ਨਹੀਂ ਕੀਤਾ। ਸਹੂਲਤ ਸਰਕਾਰ ਵੱਲੋਂ ਦਿੱਤੀ ਗਈ ਹੁੰਦਾ ਕਿ ਮੈਡੀਕਲ ਜਾਂ ਹੋਰ ਕੋਈ ਜਿਸ ਤਰ੍ਹਾਂ ਪਾਣੀ ਆ ਰਿਹਾ? ਕੋਈ ਨਹੀਂ, ਸਿਰਫ ਉਹ ਜਿਹੜੇ ਪਾਗਲੇ ਕਿ ਵਿਚਾਰੇ ਜਿੰਨਾ ਕੁ ਉਹਨਾਂ ਕੋਲ ਹੁੰਦਾ ਉਨੀ ਕੁ ਸਹੂਲਤ ਕਰਨ ਦੇ ਆ, ਬਾਕੀ ਸਰਕਾਰ ਵੱਲੋਂ ਕੋਈ ਵੀ ਸਹੂਲਤ ਅਜੇ ਤੀਕਰ ਨਹੀਂ ਪਹੁੰਚੀ, ਨਾ ਅਜੇ ਤੀਕਰ ਇੱਥੇ ਕੋਈ ਮੰਤਰੀ ਆਇਆ ਵਾ। ਉੱਥੇ ਬੰਨ ਤੋਂ ਹੀ ਫੋਟੋਆਂ ਲਵਾ ਕੇ ਉੱਥੋਂ ਪਿਛਾਂ ਦੇ ਪਿਛਾਂ ਚਲੇ ਜਾਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਇਹੋ ਪਿਛਲਿਆਂ ਨੂੰ ਹੁੰਦਾ ਫੋਟੋ ਲਵਾ ਲਈਏ ਤਾਂ ਮੰਤਰੀਆਂ ਦਾ ਫੋਟੋ ਲਵਾ ਕੇ ਚੈਨਾ ਚਲਾ ਦੇਈਏ, ਅਸੀਂ ਬੜੀ ਮਤ ਕਰਨ ਦੇ ਆ। ਬਾਕੀ ਇੱਥੇ ਤੀਕਰ ਜਿੱਥੇ ਆਪਾਂ ਖੜੇ ਆ ਇੱਥੇ ਤੀਕਰ ਨਾ ਕੋਈ ਮੰਤਰੀ ਪਹੁੰਚਿਆ ਨਾ ਕੋਈ ਅਫਸਰ ਹੀ ਪਹੁੰਚਿਆ ਵਾ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਇਹੋ ਮੰਗ ਕਰਦੇ ਹਾਂ ਵੀ ਮੁੱਠਿਆਂ ਵਾਲੇ ਜਿੰਨਾ ਸਾਡਾ ਖਰਾਬਾ ਹੋਇਆ ਵਾ ਸਾਰਾ ਸਹੀ ਦੇ ਤਰੀਕੇ ਨਾਲ ਵੰਡਿਆ ਜਾਵੇ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਆ ਉਹਨਾਂ ਨੂੰ ਦਿੱਤਾ ਜਾਵੇ, ਜਿਹੜੇ ਪਿਛਲੇ ਬੈਠੇ ਆ ਭਲਾ ਉਹ ਇਹਨਾਂ ਵਿਚਾਰਿਆਂ ਦਾ ਤਾਂ ਹੂੰਝ ਕੇ ਲੈ ਜਾਣ, ਸਾਡੀ ਤਾਂ ਇਹੋ ਮੰਗ ਆ। ਭਾਅ ਜੀ ਆਪਣਾ ਜੀ? ਸਰਵਿੰਦਰ ਸਿੰਘ ਜੀ। ਕਿੰਨਾ ਕੁ ਰਕਬਾ ਜਿਹੜਾ ਫਸਲ ਦਾ ਪਾਣੀ ਦੀ ਮਾਰ ਨਾਲ ਖਰਾਬ ਹੋਇਆ ਜੀ? ਇਹ ਸਾਡਾ 10 ਕਿੱਲੇ ਥਾਂ ਖਰਾਬ ਹੋਇਆ, ਕੱਲਿਆਂ ਦਾ, ਬਾਕੀ ਤਾਂ ਜ਼ਿਆਦਾ ਉੱਦਾਂ ਦੇ ਹਿਸਾਬ ਨਾਲ ਸਾਰਾ ਪਿੰਡ ਦਾ ਹੀ, ਜਿਹਦੇ ਘਰ ਨੂੰ ਜਾਓ ਉਹਦੇ ਵਾਲੇ 10-20 ਕਿੱਲੇ ਝੋਨਾ ਨੱਪਿਆ ਰੇਤਾ ਨਾਲ, ਅਤੇ ਜੋ ਇੱਥੇ ਜਿਉਂ ਅਸੀਂ ਨਾ ਬੰਨ ਨਾ ਬੰਨਦੇ ਆ ਮਾਰਦੇ, ਤੇਲ ਵੀ ਕਿਸੇ ਸਰਕਾਰ ਨੇ ਸਾਨੂੰ ਦਿੱਤਾ ਨਹੀਂ ਪਾਈਆ, ਅਤੇ ਆਪਦੇ ਕੋਲੋਂ ਅਸੀਂ ਲਾ ਕੇ ਖਪ ਪਾ ਕੇ ਅਤੇ ਸਾਰਾ ਬੰਨ ਪੀਤਾ। ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਵੱਲੋਂ ਸਹੂਲਤ, ਕੋਈ ਮੈਡੀਕਲ ਸਹੂਲਤ ਤੁਹਾਡੇ ਲਈ ਪਹੁੰਚੀ ਹੁਣ ਤੱਕ? ਸਾਡੇ ਇੱਧਰ ਤਾਂ ਨਹੀਂ ਆਈਆਂ, ਅਤੇ ਬੰਨ 'ਤੇ ਜ਼ਰੂਰ ਆਉਂਦੇ ਰਹੇ ਆ ਉਹ ਵੱਡੇ 'ਤੇ, ਉੱਥੋਂ ਉਹ ਆ ਕੇ ਅਤੇ ਚਲੋ ਆਪਦਾ ਗੱਲਬਾਤ ਮਾਰ ਕੇ ਜਾਂਦੇ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਤਾਂ ਸਾਡੀਆਂ ਪੈਲੀਆਂ ਜਿਹੜੀਆਂ ਇਸ ਰੇਤਾ ਰੂਤਾ ਚੁੱਕੀ ਜਾਵੇ, ਅਤੇ ਜਿਹੜੇ ਬੋਰ ਖਰਾਬ ਹੋਏ ਆ ਉਹਨਾਂ ਦੇ ਵਿੱਚ ਤਾਂ ਮੱਛੀ ਬੋਰ ਪਾਏ ਉਹਨਾਂ 'ਚ ਦਰਿਆ ਦਾ ਪਾਣੀ ਵੜ ਗਿਆ, ਹੁਣ ਅੱਧਾ ਪੈਪ ਵੀ ਨਹੀਂ ਕੱਢਦੇ, ਅਤੇ ਜਿੱਧਰ ਨਹੀਂ ਚੜਿਆ ਉੱਥੇ ਪਾਣੀ ਚੜ੍ਹ ਗਿਆ ਸੇਮ ਦਾ ਕਈਆਂ ਥਾਵਾਂ 'ਤੇ। ਬਾਕੀ ਠੇਕੇ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬੰਨ ਸਾਡੇ ਮਜ਼ਬੂਤ ਕੀਤੇ ਜਾਣ। ਅਤੇ ਘੋੜਾ ਸਾਡਾ ਜਿਹੜਾ ਆਉਂਦਾ ਘਰ ਨੂੰ ਉਹ ਬੇੜੀ ਪਤਾ ਨਹੀਂ ਕਿਹਦਾ ਜਵਾਕ ਕੋਈ ਲਾਰੀ ਵੱਜਦੇ, ਕਿਤੇ ਅਸੀਂ ਇਹਨੇ ਜੀਆ ਨਾ ਜੀਆ ਜੰਤ ਨਾ ਡੋਬ ਪੈਂਦੀ ਹੋਈਏ। ਭਾਅ ਜੀ ਆਪਣੇ? ਬਲਵੀਰ ਸਿੰਘ। ਕਿੰਨੇ ਕੁ ਏਕੜ ਫਸਲ ਆ ਜਿਹੜੀ ਖਰਾਬ ਹੋਈ ਅਤੇ ਕਿੰਨੀ ਜਿਹੜੀ ਥਾਂ ਖਰਾਬ ਹੋ ਗਿਆ? ਇਹ ਵੀ 95 ਤੋਂ ਲੈ ਕੇ ਬਣਾਈ ਸੀਗੀ ਮਸਾਂ, ਅਤੇ 2 ਸਾਲ ਹੀ ਕਮਾਈ ਖਾਧੀ ਆ, ਅਤੇ ਉਦੋਂ ਬਾਅਦ 'ਚ ਫਿਰ ਇਹ ਸਾਡੇ ਨਾਲ ਭਾਣਾ ਬੀਤ ਗਿਆ, ਅਤੇ ਮੋਟਰ ਵੀ ਨੱਪੀ ਗਈ ਆ, ਅਤੇ ਜੋ ਵੀ ਸਾਡਾ ਵੀ ਬਣਦਾ ਆ ਕੇ ਸਾਡੀ ਪੈਲੀ ਦਾ ਬਣਾਇਆ ਜਾਵੇ ਅਤੇ ਕਰਜ਼ਾ ਜਿਹੜਾ ਮਾਫ਼ ਕਿਸਾਨਾਂ ਕੀਤਾ ਜਾਵੇ। ਜਿਸ ਤਰ੍ਹਾਂ ਫਸਲਾਂ ਜਿਹੜੀਆਂ ਖਰਾਬ ਹੋ ਚੁੱਕੀਆਂ, ਰੇਤਾ ਚੜ੍ਹ ਚੁੱਕੀ ਹੈ, ਸਰਕਾਰ ਦਾ ਨੁਮਾਇੰਦਾ ਪਹੁੰਚਿਆ ਹੁਣ ਤਾਂ ਕੋਈ ਸਹੂਲਤ ਦੇਣ ਵਾਸਤੇ? ਕੋਈ ਸਾਨੂੰ ਸਹੂਲਤ ਦੇਣ ਨਹੀਂ ਆਇਆ ਗਾ ਵੀ ਚਲੋ ਅਸੀਂ ਤੁਹਾਡਾ ਕੁਛ ਵਿਹਣੇ ਹਾਂ ਜਾਂ ਕਰਦੇ ਹਾਂ, ਕੋਈ ਨਹੀਂ ਸਾਡੇ ਕੋਲ ਪਹੁੰਚਿਆ ਗਾ, ਅਤੇ ਨਾ ਸਾਡੇ ਕੋਲ ਕੋਈ ਹੋਰ ਚੀਜ਼ ਆਇਆ, ਨਾ ਕੋਈ ਲੈਣ ਦੇਣ, ਕੋਈ ਗੱਲ ਨਹੀਂ ਆਈ ਸਾਡੇ ਕੋਲ। ਕਿੰਨਾ ਕੁ ਨੁਕਸਾਨ, ਕਿੰਨੇ ਕੁ ਦਾ ਨੁਕਸਾਨ ਹੋ ਗਿਆ? ਘੱਟ ਤੋਂ ਘੱਟ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, 10 ਲੱਖ ਤੋਂ ਵੀ ਟੱਪ ਗਏ ਇਸ ਤਰ੍ਹਾਂ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਵੀ ਸਾਡੀ ਜਾਇਦਾਦ ਬਣਾਈ ਜਾਵੇ, ਇੱਕ ਸਾਡੇ ਕਰਜ਼ੇ ਜਿਹੜੇ ਉਹ ਮਾਫ਼ ਕੀਤੇ ਜਾਣ, ਅਤੇ ਸਾਡੇ ਕੋਲੋਂ ਮਤਲਬ ਉਹ ਸਾਥੋਂ ਨਹੀਂ ਤਾਰੇ ਜਾਣੇਗੇ, ਇਹ ਸਾਡੀਆਂ ਸਹੂਲਤਾਂ ਜਿਹੜੀਆਂ ਮਨਜ਼ੂਰ ਕੀਤੀਆਂ ਜਾਣ, ਅਤੇ
ਅਸੀਂ ਤਾਂ ਅੱਗੇ ਮਸਾਂ ਕਰਜ਼ਾ ਚੁੱਕ ਕੇ 15-20 ਲੱਖ ਨਾਲ ਮਸਾਂ ਪੈਲੀਆਂ ਬਣਾਈਆਂ ਨੇ, ਹੁਣ ਸਾਡੇ ਉਹ ਕਰਜ਼ੇ ਨਹੀਂ ਤਰਨੇਗੇ, ਸਾਡੀ ਇਹ ਸਹੂਲਤ ਕੀਤੀ ਜਾਵੇ। ਤੁਹਾਡਾ ਬਲਵਿੰਦਰ ਸਿੰਘ ਜੀ, ਕਿੰਨਾ ਕੁ ਰਕਬਾ ਜਿਹੜਾ ਖਰਾਬ ਹੋ ਚੁੱਕਾ ਹੈ ਆਪਣਾ? 7-8 ਕਿੱਲੇ ਥਾਂ ਸੀ, ਤਾਂ ਵੇਖਦੇ ਵੇਖ ਲਓ ਤੁਸੀਂ ਕੀ ਹਾਲਾਤ ਬਣ ਕੇ, ਰੋਡ ਪੈ ਗਿਆ, ਬਾਦੀ ਮੰਦੀ ਹਾਲਾਤ ਬਣਾਤੇ। ਅਤੇ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਜਾਇਜ਼ਾ ਲੈਣੇ ਦਾ? ਨਹੀਂ ਅਜੇ ਤਾਂ ਕੋਈ ਨਹੀਂ ਪਹੁੰਚਿਆ, ਜੇ ਪਹੁੰਚੇ ਚੰਗੀ ਗੱਲ ਹੀ ਹੈ, ਕੋਈ ਨਾ ਕੋਈ ਸਹੂਲਤ ਨਾਲ ਜੋ ਵੀ ਹੈਗਾ ਨਾਲ ਬਣ ਜਾਵੇ, ਕੋਈ ਨਾ ਕੋਈ ਸੈਟਿੰਗ ਹੋ ਜਾਏਗੀ। ਕਿੰਨੇ ਕੁ ਲਾਗੇ ਜਿਹੜੇ ਪਿੰਡਾਂ ਨੂੰ ਮਾਰ ਵੱਜੀ ਇਸ ਦਰਿਆ ਦੀ? ਇਹ ਦਰਿਆ ਦੀ ਘੱਟੋ ਘੱਟ 5-7 ਪਿੰਡਾਂ ਨੂੰ, ਗਾਂ ਜਿੰਨਾ ਗਹਿਲਾ ਏਰੀਆ ਹੋ ਗਿਆ, ਰੱਤੋ ਗਿਆ ਏਰੀਆ ਹੋ ਗਿਆ, ਸਾਰਾ ਇੱਥੋਂ ਹੀ ਬਣੀ ਹੋ ਗਿਆ ਵਾ, ਸਾਰੀਆਂ ਜ਼ਮੀਨਾਂ ਬੰਜਰੀ ਹੋ ਚੁੱਕੀਆਂ, ਬੰਜਰ ਹੋ ਗਈਆਂ। ਕੀ ਮੰਗ ਕਰਦੇ ਹੋ ਤੁਸੀਂ? 5 ਘਰ ਤਾਂ ਸਾਡੇ ਬਾਦੀ ਮੰਦੇ ਵਾਲ ਤੋਂ ਵੀ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਇਹ ਕਹਿੰਦੇ ਸਾਨੂੰ ਆ ਕੇ ਨਾਲ ਸਪੋਰਟ ਕੀਤੀ ਜਾਵੇ ਸਰਕਾਰ ਵੱਲੋਂ, ਜੇ ਜਾਂ ਕੋਈ ਜਥੇਬੰਦੀਆਂ ਕਿਸੇ ਵੱਲੋਂ ਵੀ ਤੁਹਾਨੂੰ ਨਾਲੋਂ ਕਿਸਾਨ ਜਥੇਬੰਦੀ ਵੱਲੋਂ ਜੇ ਕੋਈ ਨਾ ਮੁੱਠਾਂ ਵਾਲਾ ਰਕਬਾ ਵਾ ਨਾਲ ਮਾਤਾ ਜੀ, ਬੜਾ ਫਰਕ ਪੈ ਜਾਂਦਾ ਚੀਜ਼ ਦਾ। ਭਾਈ ਤੁਹਾਡਾ ਆ ਕਿੰਨਾ ਕੁ ਰਕਬਾ ਜਿਹੜਾ ਫਸਲ ਦਾ ਦਰਿਆ ਦੀ ਮਾਰ ਨਾ ਖਰਾਬ? 10 ਕਿੱਲੇ ਪੈ ਗਈ ਆ ਤੇ 10 ਲੱਖ ਰੁਪਈਆ ਕਰਜ਼ਾ, ਤੇ 2 ਭਾਈਆਂ ਦੇ ਦੋਵੇਂ ਪੈ ਗਈ ਖਰਾਬ ਹੋ ਗਈ। ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੁਣ ਤੱਕ ਮੈਡੀਕਲ ਜਾਂ ਹੋਰ ਕੋਈ? ਲਾਗੂ ਹੋ ਗਈ ਜੀ, ਉਹ ਕੋਈ ਇੜਚਾ ਖਾ ਗਏ ਆ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਨਾ ਸਾਡਾ ਕਰਜ਼ਾ ਮਾਫ ਹੋ ਜਾਵੇ ਪੈ ਗਈ, ਬਣਾ ਦੇਣ ਸਾਨੂੰ ਹੋਰ ਕਰਨਾ ਚਾਹੀਦਾ। ਕੋਈ ਆਪਣੇ ਦੱਸਾ ਦੇਣਗੇ ਕਿੰਨਾ ਕੁ ਰਕਬਾ ਜਿਹੜਾ ਖਰਾਬ ਹੋ ਚੁੱਕਾ ਹੈ ਜੀ? 50-60 ਕਿੱਲੇ ਹਾਂ। ਅੱਛਾ, ਤੇ ਕੀ ਹੋਣਾ ਹਾਲਾਤ ਕੀ ਬਣੇ ਪਏ ਜ਼ਮੀਨਾਂ ਦੇ ਜੀ? ਲਾਹੌਰ ਵੇਖ ਲਓ, ਵਿੱਚ ਨਦੀ ਦਾ ਪਿਆ, ਰੇਤਾ ਨਦੀ ਪੈ ਗਈ ਆ ਤੇ 280 ਵੀ ਬਣ ਗਿਆ। ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਹੁਣ ਤੱਕ ਇੱਥੇ? ਨਹੀਂ ਜੀ। ਕੋਈ ਸਹੂਲਤ ਸਰਕਾਰੀ ਸਹੂਲਤ ਜਾਣ ਮੈਡੀਕਲ ਨਹੀਂ ਆਈ? ਕੀ ਮੰਗ ਕਰਦੇ ਹੁਣ ਤੁਸੀਂ? ਹੁਣ ਅਸੀਂ ਮੰਗ ਇਹੋ ਕਰਦੇ, ਸਾਡਾ ਮਦਦ ਕਰੇ ਸਰਕਾਰ। ਦੋ ਇਵਨ ਮੀਡੀਆ ਚੈਨਲ ਲਈ ਤਰਨ ਤਾਰਨ ਤੋਂ ਹਰਮਨ ਦੀ ਖਾਸ ਰਿਪੋਰਟ।